ਜੋੜੋ ਯਾਤਰਾ ਦੇ ਨਾਲ ਜੁੜੀ ਹੋਈ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦिए ਕਿ ਕਾਂਗਰਸ ਦੇ ਐਮਪੀ ਸੰਤੋਖ ਸਿੰਘ ਚੋਦਰੀ ਖੁਣਾ ਦੀ ਸਿਹਤ ਵਿਗੜੀ ਸੀ ਤੇ ਪਰ ਹੁਣ ਉਹਨਾਂ ਨੂੰ ਲੈ ਕੇ ਮਨਪਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਦੇਹਾਂਤ ਹੋ ਗਿਆ ਦਰਅਸਲ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਲਿਜਾਂਦਾ ਗਿਆ ਸੀ ਜਿੱਥੇ ਡਾਕਟਰਾਂ ਨੇ ਮਰਿਤੇ ਕੈਲਾਣ ਦਿੱਤਾ ਹੈ ਹਾਰਟ ਅਟੈਕ ਦੇ ਨਾਲ ਇਹ ਮੌਤ ਹੋਈ ਹੈ ਇਸੀ ਜਾਣਕਾਰੀ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਦਿੱਤੀ ਗਈ ਹੈ ਦੱਸ ਦिए ਕਿ ਕਾਂਗਰਸੀ ਐਮਐਲਏ ਰਾਣਾ ਗੁਰਜੀਤ ਖੁਣਾ ਨੇ ਇਹ ਜਾਣਕਾਰੀ ਦਿੱਤੀ ਹੈ ਦਰਅਸਲ ਰਾਹੁਲ ਗਾਂਧੀ ਖੁਨਾ ਦੇ ਵੱਲੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਸੀ ਲਾਜਵਾਲ ਟੋਲ ਪਲਾਜ਼ਾ ਤੋਂ ਇਹ ਫਿਲੋਰ ਵੱਲ ਜਾ ਰਹੀ ਸੀ ਫਿਲੋਰ ਦੇ ਵਿੱਚ ਉਹ ਬੇਹੋਸ਼ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਇਹ ਮੰਤਪਾਗੀ ਖਬਰ ਕਾਂਗਰਸੀਆਂ ਨੂੰ ਦਿੱਤੀ ਗਈ ਹੈ ਕਿ ਸੰਤੋਖ ਸਿੰਘ ਚੋਦਰੀ ਉਹਨਾਂ ਦੇ ਵਿਚਕਾਰ ਨਹੀਂ ਰਿਹਾ ਦੱਸਿਆ ਕਿ ਸਾਫ ਦਾ ਕੈਬਿਨੇਟ ਮંત્રી ਤੇ ਮੌਜੂਦਾ ਲੋਕ ਸਭਾ ਦੇ ਮੈਂਬਰ ਸੀ ਤੇ ਹੁਣ ਦੇਹਾਂਤ ਹੋ ਚੁੱਕਿਆ ਚੌਧਰੀ ਸੰਤੋਖ ਸਿੰਘ ਹੁਣਾਂ ਨੇ 2014 ਤੇ 2019 ਦੀਆਂ ਇਲੈਕਸ਼ਨਾਂ ਦੇ ਵਿੱਚ ਜਲੰਧਰ ਤੋਂ ਜਿੱਤ ਹਾਸਲ ਕੀਤੀ ਸੀ ਕਾਂਗਰਸ ਦੇ ਐਮਪੀ ਸੰਤੋਖ ਸਿੰਘ ਚੌਧਰੀ ਹਾਰਟ ਅਟੈਕ ਆਇਆ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਪੰਜਾਬ ਦੇ ਫਲੋਰ ਦੇ ਵਿੱਚ ਜਦੋਂ ਉਹਨਾਂ ਨੂੰ ਹਾਰਟ ਅਟੈਕ ਆਇਆ ਤਾਂ ਉਹ ਉੱਥੇ ਡਿੱਗ ਗਏ ਕਾਫੀ ਜ਼ਿਆਦਾ ਰਸ਼ ਸੀ ਪਰ ਉੱਥੇ ਕਾਫੀ ਪਕੜੜ ਵੀ ਮੱਚੀ ਜਦੋਂ ਡਿੱਗਦੇ ਨੇ ਤਾਂ ਉਹਨਾਂ ਨੂੰ ਫਿਰ ਹਸਪਤਾਲ ਲਿਜਾਇਆ ਜਾਂਦਾ ਹੈ ਕਾਂਗਰਸੀ ਲੀਡਰ ਐਮ ਐਲ ਏ ਰਾਣਾ ਗੁਰਜੀਤ ਸਿੰਘ ਤੇ ਵਿਜੇਂਦਰ ਸਿੰਘਲਾ ਖੁਣਾ ਨੇ ਉਹਨਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ ਦੱਸ ਜਿਏ ਕਿ ਹਾਰਟ ਅਟੈਕ ਦੇ ਨਾਲ ਸਿਹਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਸੀ ਤੇ ਉਸ ਤੋਂ ਬਾਅਦ ਇਲਾਜ ਦੇ ਲਈ ਜੜਾ ਹੈ ਹਸਪਤਾਲ ਦੇ ਵਿੱਚ ਪਹਾਰਤੀ ਕਰਵਾਇਆ ਗਿਆ ਹਾਲਾਂਕਿ ਕਿਸ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ ਇਸ ਬਾਬਤ ਕੋਈ ਜਾਣਕਾਰੀ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਹੈ ਕੀ ਕੋਈ ਪਹਿਲਾ ਪ੍ਰੋਬਲਮ ਸੀ ਉਸ ਨੂੰ ਲੈ ਕੇ ਵੀ ਕੋਈ ਜਾਣਕਾਰੀ ਨਹੀਂ ਹੈ ਪਰ ਜੋ ਮੰਤਪਾਗੀ ਖਬਰ ਕਾਂਗਰਸੀਆਂ ਦੇ ਲਈ ਹੈ ਕਿਉਂਕਿ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਚਟਕਾ ਹੈ ਜਿੱਥੇ ਭਾਰਤ ਜੋੜੋ ਯਾਤਰਾ ਦੇ ਨਾਲ ਸਾਰੇ ਕਾਂਗਰਸੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਰਾਹੁਲ ਗਾਂਧੀ ਹੁਣਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਭਾਰਤ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਵਿਚਾਲੇ ਵੱਡਾ ਚਟਕਾ ਕਾਂਗਰਸ ਨੂੰ ਕਿ ਮੌਜੂਦਾ ਐਮਪੀ ਸੰਤੋਖ ਸਿੰਘ ਚੌਧਰੀ ਹੁਣਾਂ ਦਾ ਦੇਹਾਂਤ ਹੋਇਆ ਇੱਕਦਮ ਉਹਨਾਂ ਦਾ ਸਾਫ ਹੋ ਲਿਆ ਰਸ਼ ਦੇ ਵਿੱਚ ਉਹ ਡਿੱਗ ਗਏ ਕਾਫੀ ਜ਼ਿਆਦਾ ਭੀੜ ਭਾਰ ਸੀ ਉੱਥੇ ਲੋਕ ਕਾਫੀ ਜ਼ਿਆਦਾ ਇਕੱਠੇ ਸੀ ਸਾਹ ਲੈਣ ਦੇ ਵਿੱਚ ਪ੍ਰੋਬਲਮ ਹੋਈ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਮਬੂਲੈਂਸ ਦੇ ਜ਼ਰੀਏ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਦੇ ਜ਼ਰੀਏ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ ਹਸਪਤਾਲ ਦੇ ਵਿੱਚ ਫਲੋਰ 'ਚ ਯਾਤਰਾ ਦੇ ਦੌਰਾਨ ਬੇਹੋਸ਼ ਹੋ ਗਏ ਸੀ ਇਲਾਜ ਦੇ ਦੌਰਾਨ ਹਸਪਤਾਲ ਦੇ ਵਿੱਚ ਦਮ ਤੋੜਿਆ ਹੈ ਜਲੰਧਰ ਤੋਂ ਸੈਂਸਸ ਸੀ ਸੰਤੋਖ ਸਿੰਘ ਚੋਦਰੀ ਜਿਨ੍ਹਾਂ ਦਾ ਹੁਣ ਦਿਹਾਂਤ ਹੋ ਗਿਆ ਹੈ ਦੱਸਿਆ ਕਿ ਭਾਰਤ ਜੋੜੋ ਯਾਤਰਾ ਦੇ ਦੌਰਾਨ ਦਿਲ ਦਾ ਦੌਰਾ ਪਿਆ ਮਨਪਾਗੀ ਘਟਨਾ ਕਰਕੇ ਭਾਰਤ ਜੋੜੋ ਯਾਤਰਾ ਨੂੰ ਕੁਝ ਸਮੇਂ ਦੇ ਲਈ ਰੋਕ ਦਿੱਤਾ ਗਿਆ ਦੱਸਿਆ ਕਿ ਸੰਤੋਖ ਸਿੰਘ ਚੋਦਰੀ ਜਲੰਧਰ ਤੋਂ ਐਮਪੀਸੀ ਤੇ ਉਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਵੀ ਰਹ ਚੁੱਕੇ ਨੇ ਕਾਂਗਰਸ ਦੇ ਦੌਰਾਨ ਉਹਨਾਂ ਨੂੰ ਕਾਫੀ ਜ਼ਿਆਦਾ ਉਪਲਬਧੀਆਂ ਜਿਹੜੀਆਂ ਉਹ ਹਾਸਿਲ ਹੋਈਆਂ ਸੀ ਔਰ ਇਹ ਵੀ ਦੱਸੀ ਕਿ ਕਾਂਗਰਸ ਜਦੋਂ ਸੱਤਾ ਦੇ ਵਿੱਚ ਸੀ ਪੰਜਾਬ ਦੇ ਵਿੱਚ ਤਾਂ ਉਸ ਦੌਰਾਨ ਉਹ ਕੈਬਨਿਟ ਮਨਿਸਟਰ ਵੀ ਦੇ ਚੁੱਕੇ ਨੇ ਤੇ ਫਿਰ ਐਮਪੀ ਵਜੋਂ ਚੋਣ ਲੜੀ ਸੀ ਇਸੇ ਹੀ ਸੀਐਮ ਪਗਵਨ ਸਿੰਘ ਮਾਨ ਖੁਨਾਬ ਦੇ ਵੱਲੋਂ ਵੀ ਟਵੀਟ ਸਾਂਝਾ ਕੀਤਾ ਗਿਆ ਸਿੰਘਭਗਵਨ ਸਿੰਘ ਮਾਨ ਖੁਨਾ ਨੇ ਟਵੀਟ ਸਾਂਝਾ ਕਰਕੇ ਦੁੱਖ ਪ੍ਰਗਟਾਇਆ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਜੀ ਦੀ ਬੇਵਕਤੀ ਮੌਤ ਦਾ ਦੁੱਖ ਹੋਇਆ ਪਰਮਾਤਮਾ ਵਿਛੜੀ ਰੂਹ ਨੂੰ ਸਕੂਨ ਬਖਸ਼ੇ ਵਾਹਿਗੁਰੂ ਦਾ ਜੇ ਕਿ ਪ੍ਰਧਾਨ ਸੀਐਮ ਭਗਵਨ ਸਿੰਘ ਮਾਨ ਖੁਨਾ ਦੇ ਵੱਲੋਂ ਇਹ ਜੋ ਟਵੀਟ ਸਾਂਝਾ ਕਰਕੇ ਦੁਖ ਪ੍ਰਗਟਾਇਆ ਗਿਆ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਦੱਸਿਏ ਕਿ ਭਾਰਤ ਜੋੜੋ ਯਾਤਰਾ ਦੇ ਦੌਰਾਨ ਸੇਤ ਵਿਗੜੀ ਸੇਤ ਵਿਗੜਨ ਤੋਂ ਬਾਅਦ ਹਸਪਤਾਲ ਲਿਜਾਂਦਾ ਗਿਆ ਤੇ ਉੱਥੇ ਸੰਤੋਖ ਸਿੰਘ ਚੋਦਰੀ ਖੁਨਾ ਨੇ ਦਮ ਤੋੜ ਦਿੱਤਾ ਜਿਹਦੇ ਇਲਾਜ ਉਹਨਾਂ ਦੀ ਮੌਤ ਹੋਈ ਹੈ ਬਹੁਤਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ ਹਾਰਟ ਅਟੈਕ ਦੇ ਕਾਰਨ ਮੌਤ ਹੋਈਆ ਹਾਲਾਂਕਿ ਖੁਨਾ ਬਾਕੀ ਜੋ ਗੱਲਾਂ ਨੇ ਉਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਸਾਫ਼ ਹੋਣ ਗਿਆ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਜੋ ਕੁਝ ਹੋਇਆ ਜਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬੇਵਕਤੀ ਮੌਤ ਆਈ ਹੈ ਉਸ ਦਾ ਕਾਰਨ ਕੀ ਹੋ ਸਕਦਾ ਕਿਉਂਕਿ ਕਾਫੀ ਜ਼ਿਆਦਾ ਠੰਡ ਵੀ ਪੈ ਰਹੀ ਹੈ ਉੱਥੇ ਕਾਫੀ ਜ਼ਿਆਦਾ ਰਸ਼ ਵੀ ਸੀ ਜਿਸ ਦੇ ਚਲਦਿਆਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਵੀ ਕਾਫੀ ਜ਼ਿਆਦਾ ਪ੍ਰੋਬਲਮ ਹੋਈ ਸੀ ਜਦੋਂ ਉਹਨਾਂ ਦੇ ਸੀਨੇ ਦੇ ਵਿੱਚ ਦਰਦ ਉੱਠਿਆ ਤੇ ਫਿਰ ਉਹਨਾਂ ਨੇ ਆਪਣੇ ਨਾਲ ਦੇ ਜੋ ਸਾਥੀ ਆ ਉਹਨਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਪਰ ਜੋ ਕਾਂਗਰਸੀਆਂ ਦੇ ਲਈ ਇਹ ਬੇਖਦਮਨ ਪਾਗੀ ਖਬਰ ਹੈ ਕਿ ਇਸ ਵਕਤ ਸੰਤੋਖ ਸਿੰਘ ਚੋਦਰੀ ਉਹਨਾਂ ਦੇ ਵਿਚਕਾਰ ਨਹੀਂ ਰਹੇ ਉਹਨਾਂ ਦੇ ਪਰਿਵਾਰ ਦੇ ਲਈ ਬੇਖਦਮਨ ਪਾਗੀ ਖਬਰ ਹੈ ਕਿ ਉਹਨਾਂ ਦੇ ਪਰਿਵਾਰ ਦਾ ਇੱਕ ਜੀ ਉਹਨਾਂ ਦੇ ਵਿਚਕਾਰ ਇਸ ਵਕਤ ਨਹੀਂ ਰਿਹਾ ਕਾਂਗਰਸ ਦੇ ਐਮਪੀ ਜਲੰਧਰ ਤੋਂ ਸੰਤੋਖ ਸਿੰਘ ਚੋਦਰੀ ਖੁਨਾ ਦਾ ਦੇਹਾਂਤ ਹੋ ਗਿਆ ਤੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਉਹਨਾਂ ਨੇ ਦਮ ਤੋੜਿਆ ਖਬਰ ਪਾਰਤ ਜੋੜੋ